ਤੁਹਾਡਾ ਵਕਤ ਜਦੋਂ ਬਾਬਾ ਜੀ ਨੇ ਬਦਲਿਆ ਨਾ, ਤਾਂ ਦੁਨੀਆ ਖੜ ਖੜ ਕੇ ਦੇਖੇਗੀ ਕਿ ਇਹ ਤਾਂ ਐਡੇ ਜੋਗਾ ਹੈਗਾ ਹੀ ਨਹੀਂ ਸੀ, ਐਡੀ ਅੱਗੇ ਕਿੱਦਾਂ ਨਿਕਲ ਗਿਆ। ਜਦੋਂ ਮਾਲਕ ਨੇ ਬਾਂਹ ਫੜ ਲਈ ਨਾ, ਤਾਂ ਫਿਰ ਤਾਂ ਇੱਥੇ ਦੁਨੀਆ ਦੀ ਕੋਈ ਐਸੀ ਸ਼ਕਤੀ ਨਹੀਂ ਗੀ ਜਿਹੜੀ ਤੁਹਾਨੂੰ ਪਿੱਛੇ ਖਿੱਚ ਸਕਦੀ ਹੋਵੇ। ਜਦੋਂ ਮੁਕੱਦਰਾਂ 'ਚ ਉਹਨੇ ਤਰੱਕੀਆਂ ਬਖਸ਼ਤੀਆਂ ਨਾ, ਤਾਂ ਫਿਰ ਲੌਜਿਕ ਨਹੀਂ ਕੰਮ ਆਉਣੇ, ਅਤੇ ਸਾਰਿਆਂ ਨੂੰ ਜਵਾਬ ਮਿਲ ਜਾਣੇ ਜਿਹੜੇ ਤੁਹਾਨੂੰ ਕਹਿੰਦੇ ਸੀ ਕਿ ਤੇਰਾ ਕੁਛ ਵੀ ਨਹੀਂ ਬਣਨਾ, ਸਾਰੀ ਉਮਰ ਹੀ ਤੂੰ ਇੱਥੇ ਰਹਿਣਾ। ਜਦੋਂ ਬਾਬੇ ਨੇ ਚਾਹਿਆ ਨਾ, ਉਹਨੇ ਇੱਥੋਂ ਚੁੱਕ ਕੇ ਅਰਸ਼ਾਂ 'ਤੇ ਬਿਠਾ ਦੇਣਾ ਤੁਹਾਨੂੰ। ਸੋ ਆਪਣੇ ਗੁਰੂ ਅਤੇ ਆਪਣੇ ਮੁਰਸ਼ਦ 'ਤੇ ਪੂਰਾ ਭਰੋਸਾ ਰੱਖੋ, ਉਹਨੇ ਤੁਹਾਡੇ ਲੇਖਾਂ 'ਚ ਬੜੀਆਂ ਖੁਸ਼ੀਆਂ ਲਿਖ ਦੇਣੀਆਂ। ਘਬਰਾਓ ਨਾ ਤੁਸੀਂ, ਤੁਹਾਡਾ ਸਮਾਂ ਵੀ ਆਉਣ ਹੀ ਵਾਲਾ। ਇਹ ਦੁਨੀਆ ਸ਼ੁਰੂ ਤੋਂ ਹੀ ਭਗਤਾਂ ਦਾ ਮਜ਼ਾਕ ਬਣਾਉਂਦੀ ਆਈ ਹੈ, ਪਰ ਯਾਦ ਰੱਖਣਾ, ਜਵਾਬ ਭਗਤਾਂ ਨੂੰ ਦੇਣ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਸਾਰੇ ਜਵਾਬ ਪਰਮਾਤਮਾ ਆਪ ਦਿੰਦਾ। ਤੁਸੀਂ ਚੰਗੇ ਰਾਹ 'ਤੇ ਤੁਰੇ ਹੋ, ਬਾਕੀ ਸਭ ਮਾਲਕ 'ਤੇ ਛੱਡ ਦਿਉ, ਉਹਨੇ ਆਪੇ ਲੈ ਜਾਣਾ ਜਿੱਥੇ ਲੈ ਕੇ ਜਾਣ। ਇੱਥੇ ਤੁਹਾਨੂੰ ਕੋਈ ਵੀ ਨਹੀਂ ਹਰਾ ਸਕਦਾ, ਨਾ ਹਰਾਉਣ ਦੀ ਸੋਚ ਸਕਦਾ, ਜਿੰਨੀ ਦੇਰ ਤੱਕ ਉਹਦਾ ਹੱਥ ਤੁਹਾਡੇ ਸਿਰ 'ਤੇ ਹੈ।